ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਇੱਕ ਵਾਰ ਫਿਰ ਹਾਜ਼ਰ ਨੇ ਮੈਮ ਵੀਨਾ ਗੋਇਲ ਜਿਹੜੇ ਕਿ ਨੈਵੀਗੇਟਰਸ ਓਵਰਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਅੱਜ ਗੋਇਲ ਮੈਮ ਸਾਡੇ ਨਾਲ ਗੱਲ ਕਰਨਗੇ ਫਰਾਂਸ ਸਟੱਡੀ ਵੀਜ਼ਾ ਦੀ ਪਿਛਲੇ ਕੁਝ ਦਿਨਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਫਰਾਂਸ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿਉਂਕਿ ਫਰਾਂਸ ਖੁੱਲ ਕੇ ਸਟੂਡੈਂਟਸ ਨੂੰ ਵੀਜ਼ੇ ਦੇ ਰਿਹਾ ਹੁਣ ਕਿਸ ਤਰ੍ਹਾਂ ਦੇ ਉੱਥੇ ਵੀਜ਼ੇ ਨੇ ਕਿੰਨੀ ਕ ਐਜੂਕੇਸ਼ਨ ਚਾਹੀਦੀ ਹੈ ਕਿੰਨਾ ਕੁ ਗੈਪ ਚੱਲ ਜਾਂਦਾ ਹੈ ਆਰਟਸ ਦਾ ਸਕੋਰ ਕਿੰਨਾ ਹੈ ਫੰਡਸ ਕਿੰਨੇ ਲੱਗਦੇ ਨੇ ਔਰ ਆਪਸ਼ਨਸ ਕਿਸ ਤਰ੍ਹਾਂ ਦੀਆਂ ਨੇ ਫਰਾਂਸ ਜਿਹੜਾ ਕਿ ਯੂਰਪ ਦਾ ਇੱਕ ਹਿੱਸਾ ਹੈ ਸੋ ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਮੈਂ ਚਾਹੁੰਗਾ ਕਿ ਫਰਾਂਸ ਨੂੰ ਤੁਸੀਂ ਪੂਰਾ ਅੱਜ ਐਕਸਪਲੇਨ ਕਰੋ ਸਾਡੇ ਵਿਦਿਆਰਥੀਆਂ ਦੇ ਦੇਖੋ ਫਰਾਂਸ ਜਿਹੜੀ ਕੰਟਰੀ ਹੈ ਸ਼ਹਨਗਨ ਕੰਟਰੀ ਹੈ ਔਰ ਯੂਰਪ ਦੀ ਬਹੁਤ ਪ੍ਰੋਸਪਰਸ ਕੰਟਰੀਜ਼ ਦੇ ਵਿੱਚੋਂ ਫਰਾਂਸ ਹੈ ਜੇ ਤੁਹਾਨੂੰ ਪਤਾ ਰਫਾਲ ਡੀਲ ਜਿਹੜੀ ਹੋਈ ਸੀ ਇੰਡੀਆ ਤੋਂ ਉਹ ਫਰਾਂਸ ਤੋਂ ਹੀ ਆਈ ਸੀਗੀ ਜੀ ਠੀਕ ਹੈ ਤੇ ਫਰਾਂਸ ਹੈਲੀਕਾਪਟਰਸ ਫਰਾਂਸ ਤੋਂ ਸਾਰੇ ਹੈਲੀਕਾਪਟਰਸ ਟੈਕਨੋਲੋਜੀ ਕਿੰਨੀ ਸਟਰੋਂਗ ਹੈ ਕਾਸਮੈਟਿਕ ਦੀ ਕੰਪਨੀਆਂ ਕੋਈ ਮਰਜ਼ੀ ਵੱਡੀ ਕੰਪਨੀ ਦਾ ਨਾਮ ਲੈ ਲਓ ਸਾਰੇ ਤੁਹਾਡੇ ਫਰਾਂਸ ਦੇ ਮਿਲਣਗੇ ਕਿਉਂਕਿ ਫ੍ਰੈਂਚ ਸਟਾਈਲ ਫ੍ਰੈਂਚ ਡਰਿੰਕਸ ਡਿਫਰੈਂਟ ਹੀ ਹੈ ਉਹਨਾਂ ਦਾ ਇੱਕ ਔਰਾ ਡਿਫਰੈਂਟ ਹੈ ਉਹਨਾਂ ਦਾ ਜਿੱਦਾਂ ਕਹਿਣਾ ਚਾਹੀਦਾ ਲਾਈਫਸਟਾਈਲ ਬਹੁਤ ਸੋਹਣਾ ਤੇ ਬੱਚੇ ਜਿਹੜੇ ਐਕਸਪੀਰੀਅੰਸ ਕਰਨਾ ਚਾਹੁੰਦੇ ਆ ਤੁਸੀਂ ਹੈਰਾਨ ਹੋਗੇ ਕਿ ਅੱਜ ਮੈਂ ਕਿਸੇ ਕਾਫੀ ਸੀਨੀਅਰ ਪੁਲਿਸ ਆਫਸਰ ਮੇਰੇ ਬ੍ਰਦਰ ਹੈ ਉਹਨਾਂ ਦੇ ਆਫਿਸ 'ਚ ਮੈਂ ਬੈਠੀ ਸੀਗੀ ਜੀ ਤੇ ਕਹਿੰਦੇ ਦੀਦੀ ਮੈਂ ਨਾ ਆਪਣੇ ਬੇਟੇ ਨੂੰ 6th ਵਿੱਚ ਪੜ ਰਿਆ ਜਾਪਾਨ ਭੇਜ ਰਿਆ ਜੀ 8 ਜਾਂ 9 ਡੇਜ਼ ਦੇ ਟ੍ਰਿਪ ਤੇ ਕਿਉਂ ਭੇਜ ਰਿਹਾ ਕਿ ਕਹਿੰਦੇ ਅਜੇ ਬੱਚੇ ਨੂੰ ਨਾ ਐਕਸਪੋਜ਼ਰ ਮਿਲੇਗਾ ਬੱਚਾ ਅਜੇ 6th ਕਰਕੇ 7th ਵਿੱਚ ਆਇਆ ਹੀ ਹੈ ਇੰਨਾ ਛੋਟਾ ਬੱਚਾ ਪੋਨੇ ਦਿਨ ਲੱਗਦਾ ਖਰਚਾ ਹੋ ਰਿਹਾ ਤੁਸੀਂ ਸੋਚੋ ਕਿ 8-10 ਦਿਨ ਵਾਸਤੇ ਬੱਚੇ ਦਾ ਪੋਨੇ ਤਿੰਨ ਲੱਖ ਰੁਪਏ ਦਾ ਖਰਚਾ ਹੋ ਰਿਹਾ ਹੈ ਅਸੀਂ ਜਿਹੜੇ ਸਟੂਡੈਂਟਸ ਨੂੰ ਆਪਸ਼ਨ ਦੇ ਰਹੇ ਆ 8-10 ਲੱਖ ਫੀਸਾਂ ਦੇ ਖਾਲੀ ਹੁੰਦੇ ਆ ਜਿਹੜੀ ਕਿ ਇੱਕ ਸਾਲ ਦੀ ਫੀਸ ਆ ਤੁਸੀਂ ਦੇਖੋ ਇੱਕ ਪੂਨੇ 3 ਲੱਖ ਚ ਜਿਹੜਾ ਖਾਲੀ 9 ਦਿਨ ਦਾ ਟ੍ਰਿਪ ਕਰਕੇ ਬੱਚਾ ਆਏਗਾ ਇੱਕ ਛੋਟਾ ਜਿਹਾ ਬੱਚਾ ਔਰ ਇੱਕ ਬੱਚਾ ਜਿਹੜਾ ਸਾਲ ਦੇ ਵਾਸਤੇ ਜਿਹੜੀ ਫੀਸ ਦੇ ਕੇ ਜਾ ਰਿਹਾ ਤੇ ਇਹ ਉਹ ਜਾ ਵੀ ਜਾਪਾਨ ਰਿਹਾ ਅਸੀਂ ਜਿਹੜੇ ਸ਼ੈਨਗਨ ਕੰਟਰੀ ਯੂਰੋਪ ਔਰ ਉਹ ਵੀ ਜਿਹੜੇ ਮਤਲਬ ਮੈਂ ਜਿੰਨੇ ਕੰਟਰੀ ਕਰਦੀ ਹਾਂ ਉਹ ਸਾਰੇ بڑے ਕੰਟਰੀ ਜਿੱਥੇ ਬੱਚਿਆਂ ਨੂੰ ਜੌਬ ਦੀ ਪ੍ਰੋਬਲਮ ਨਾ ਹੈ ਪੋਸਟ ਸਟਡੀ ਵਰਕ ਪਰਮਿਟ ਦੀ ਪ੍ਰੋਬਲਮ ਨਾ ਹੈ ਕਿਉਂਕਿ ਫਰਾਂਸ ਦੇ ਵਿੱਚ ਇਦਾਂ ਦਾ ਕਿ ਅਪ ਟੂ 5 ਇਅਰ ਸਕਦਾ ਵੀ ਪੋਸਟ ਸਟਡੀ ਵਰਕ ਪਰਮਿਟ ਹੈ 2 1 ਇਅਰ ਤੱਕ ਗੈਰੰਟੀਡ ਹੁਣ ਇਹਦੇ ਵਿੱਚ ਕੀ ਹੈ ਕਿ ਕੁਆਲੀਫਿਕੇਸ਼ਨ ਜੇ ਪਲੱਸ 2 ਬੱਚੇ ਦੀ ਹੈ ਜਾਂ ਗ੍ਰੈਜੂਏਸ਼ਨ ਆਲਮੋਸਟ 55% ਹਰ ਯੂਨੀਵਰਸਿਟੀ ਦੇਖਦੀ ਹੈ ਕਿ ਬੱਚੇ ਦੇ ਹੁਣ ਠੀਕ ਹੈ ਫਰਾਂਸ ਦੇ ਵਿੱਚ మీడియం ਆਫ ਇਨਸਟ੍ਰਕਸ਼ਨ ਇੰਗਲਿਸ਼ ਵਿੱਚ ਚੱਲ ਜਾਂਦਾ ਆਇਲਸ ਕੰਪਲਸਰੀ ਨਹੀਂ ਹੈ ਜੇ ਆਇਲਸ ਹੈ ਤਾਂ ਠੀਕ ਹੈ ਉਹਦੇ ਬੱਚੇ ਦੀ ਫਾਈਲ ਵਾਸਤੇ ਅੱਛਾ ਹੈ ਨਹੀਂ ਹੈ ਤੇ మీడియం ਆਫ ਇਨਸਟ੍ਰਕਸ਼ਨ ਇੰਗਲਿਸ਼ ਵਿੱਚ ਚੱਲ ਜਾਂਦਾ ਪਰ ਇੰਗਲਿਸ਼ ਬੱਚੇ ਨੂੰ ਬੋਲਣੀ ਆਣੀ ਚਾਹੀਦੀ ਹੈ ਕਿਉਂਕਿ ਕੈਂਪਸ ਫਰਾਂਸ ਦੀ ਇੱਕ ਇੰਟਰਵਿਊ ਹੁੰਦੀ ਹੈ ਵੀਜ਼ਾ ਤੋਂ ਪਹਿਲੇ ਹੁਣ ਕੀ ਹੈ ਇਹਦੇ ਵਿੱਚ ਸਟੂਡੈਂਟ ਨੇ ਜਿਹੜੇ ਖਾਲੀ ਲਿਵਿੰਗ ਐਕਸਪੈਂਸਸ ਦਿਖਾਣੇ ਜੇ ਸਾਲ ਦੀ ਫੀਸ ਦਿੱਤੀ ਹੈ ਜੀ ਸਾਲ ਦੀ ਫੀਸ 7-8000 ਯੂਰੋ ਵੀ ਹੈ 10000 ਯੂਰੋ ਡਿਪੈਂਡ ਕਰਦਾ ਉਹਦਾ ਕੋਰਸ ਕੀ ਆ ਸੈਪਟੈਂਬਰ ਦੇ ਵਿੱਚ ਕੋਰਸ ਸਟਾਰਟ ਹੈ ਅੱਛਾ ਉਹਦੇ ਵਿੱਚ ਜਿਹੜਾ ਫਰਾਂਸ ਦੇ ਵਿੱਚ ਖਾਲੀ ਕਾਫਲ ਲੈਟਰ ਆਣਾ ਤੁਸੀਂ ਫੰਡ ਸ਼ੋ ਕਰਨੇ ਆ ਕੈਂਪਸ ਫਰਾਂਸ ਦੇ ਵਿੱਚ ਤੁਸੀਂ ਆਪਣਾ ਜਿਹੜੇ ਡਾਕੂਮੈਂਟ ਸਬਮਿਟ ਕਰਨੇ ਆ ਉਹਦੇ ਬਾਅਦ 메ਨ ਜਿਹੜਾ ਇੰਟਰਵਿਊ ਵਾਸਤੇ ਜਿਹੜਾ स्लॉट ਬੁੱਕ ਕੀਤਾ ਜਾਂਦਾ ਬਸ ਦੈਟਸ ਆਲ ਇੰਨਾ ਕੀ ਪ੍ਰੋਸੈਸ ਹੈ ਵੀਜ਼ੇ ਤੋਂ ਪਹਿਲੇ ਜਿਹੜੀ ਯੂਨੀਵਰਸਿਟੀ ਦੀ ਫੀਸ ਜਾਣੀ ਹੈ ਉਹ ਖਾਲੀ 35000 ਯੂਰੋ ਦੇ ਕੇ ਬੱਚਾ ਆਪਣੇ ਜਿਹੜਾ ਵੀਜ਼ਾ ਪ੍ਰੋਸੈਸ ਕਰਾ ਸਕਦਾ ਵੀਜ਼ਾ ਲੋਆ ਸਰਵ ਦਾ ਮਤਲਬ ਐਨਾ ਸਿੰਪਲ ਪ੍ਰੋਸੈਸ ਹੈ ਉਹ ਦੇਖੋ ਹੁਣ ਸਟੈਪ ਬਾਈ ਸਟੈਪ ਜਿਹਾ ਦਸੀਏ ਕਿ ਜਦ ਉਹਨੇ ਬੱਚੇ ਨੇ ਮਾਸਟਰਸ ਕਰਨੀ ਹੈ ਜਾਂ ਬੈਚਲਰ ਬੈਚਲਰ ਕਰ ਲਈ ਜਾਂ ਮਾਸਟਰਸ ਕਰ ਲਈ ਉਹਦਾ 2 ਇਅਰਸ ਦਾ ਮਿਨੀਮਮ ਪੋਸਟ ਸਟਡੀ ਵਰਕ ਪਰਮਿਟ ਹੈ ਔਰ ਉਹਦੇ ਬਾਅਦ 1 ਇਅਰ ਦਾ ਫਿਰ ਉਹਨੂੰ ਜੌਬ ਸਰਚ ਵੀਜ਼ਾ ਐਕਸਟੈਂਡ ਹੋ ਜਾਂਦਾ ਹੈ ਉਹ ਜਿਹੜਾ ਇਹਨਾਂ ਨੂੰ ਅਕਮੋਡੇਸ਼ਨ ਦਾ ਵੀ ਗਵਰਨਮੈਂਟ ਦੀ ਤਰਫੋਂ ਕੁਝ ਪੈਸਾ ਮਿਲਦਾ ਹੈ ਉੱਥੇ ਜਾ ਕੇ ਇਹਨਾਂ ਨੇ ਆਪਣਾ ਬਰਥ ਸਰਟੀਫਿਕੇਟ ਜ਼ਰੂਰ ਲੈ ਕੇ ਜਾਣਾ ਹੁੰਦਾ ਹੈ ਜਿਹੜਾ ਕੋਈ ਵੀ ਬੱਚਾ ਜਿਹੜਾ ਫਰਾਂਸ ਜਾਣ ਦਾ ਚਾਹਵਾਨ ਹੈ ਇਹ ਵੀਡੀਓ ਦੇਖ ਰਿਹਾ ਹੈ ਕੰਸਲਟੈਂਟਸ ਕਈ ਵਾਰੀ ਨਹੀਂ ਦੱਸਦੇ ਤੇ ਇਸ ਕਰਕੇ ਇੱਕ ਮਾਹਿਰ ਸਲਾਹਕਾਰ ਕੋਲ ਆਣਾ ਚਾਹੀਦਾ ਹੈ ਜਿਨਾਂ ਨੂੰ ਸਾਰੇ ਸਟੈਪਸ ਪਤਾ ਹੁੰਦੇ ਆ ਹੁਣ ਪ੍ਰੋਗਰਾਮ ਦੇ ਕੇ ਨਾ ਕਈ ਵਾਰੀ ਬੱਚੇ ਇਧਰ ਉਧਰ ਕੇ ਲੋਕਲ ਹੈ ਹੁਣ ਤੁਸੀਂ ਇੰਨੇ ਦੂਰ ਜਾਣਾ ਲੋਕਲ ਕਿਸੇ ਏਜੰਟ ਨੂੰ ਟਰਾਈ ਵਾਸਤੇ ਆਪਣੀ ਫਾਈਲ ਦੇ ਦੋਗੇ ਫਾਈਲ ਖਰਾਬ ਹੋ ਜਾਏਗੀ ਮੈਂ ਤਾਂ ਕਈ ਵਾਰੀ ਬਿਲਕੁਲ ਝੜਕ ਦਿੰਨੀ ਆ ਕਿ ਜਿਹੜਾ ਤੋਸੋ ਹੀ ਜਾ ਆਪਣੇ ਬੱਚੇ ਦੀ ਲਾਈਫ ਖਰਾਬ ਕਰਨੀ ਜਿੱਧਰ ਮਰਜ਼ੀ ਦੇ ਦੋ ਜੇ ਤੁਸੀਂ ਆਪਣੇ ਵਿਸ਼ਵਾਸ ਦੇ ਨਾਲ ਕਿ ਮੈਡਮ ਦਾ ਅਜ 27 ਸਾਲਾਂ ਦਾ ਐਕਸਪੀਰੀਅੰਸ ਹੈ ਚੰਗੇ ਸਲਾਹਕਾਰ ਆ ਇਹਨਾਂ ਦੇ ਜੇ ਫਾਈਲ ਜਾਏਗੀ ਤਾਂ ਬੱਚੇ ਦਾ ਕੈਰੀਅਰ ਨਹੀਂ ਖਰਾਬ ਹੋਏਗਾ ਉਸ ਉਹਦੇ ਨਾਲ ਆਣਾ ਤੇ ਮੇਰੇ ਕੋਲ ਜਲ ਮਰਜੀ ਆਜ ਦਵਾਰਾ ਦੱਸ ਦਿੰਨੀ ਹਾਂ ਜਸਟ 10000 ਯੂਰੋ ਤੁਸੀਂ ਜਿਹੜਾ ਲਿਵਿੰਗ ਐਕਸਪੈਂਸਸ ਦਿਖਾਣੇ ਜਵਾਨ ਇਅਰ ਦੀ ਫੀਸ ਦਿੱਤੀ ਹੈ ਨਹੀਂ ਤੇ ਜਿਹੜੀ ਫੀਸ ਬਚੀ ਉਹ ਵੀ ਦਿਖਾਣੀ ਹੈ ਡਾਕੂਮੈਂਟ ਅਪੋਸਟਾਈਲ ਹੋਣੇ ਆ ਜਿਹੜਾ ਬੱਚੇ ਨੇ ਆਪਣਾ ਬਰਡ ਸਰਟੀਫਿਕੇਟ ਆਪਣੇ ਨਾਲ ਲੈ ਕੇ ਜਾਣਾ ਤੇ ਉਹਨੂੰ ਜਿਹੜਾ ਕੁਝ ਪੈਸਾ ਗਵਰਨਮੈਂਟ ਦੀ ਤਰਫੋਂ ਅਕਮੋਡੇਸ਼ਨ ਦਾ ਵੀ ਵਾਪਸ ਦਿੱਤਾ ਜਾਂਦਾ ਔਰ ਜਿਹੜੇ ਚਾਹਵਾਨ ਵਿਦਿਆਰਥੀ ਹੈ ਜਿਨ੍ਹਾਂ ਦੇ ਰਿਜ਼ਲਟ ਅੱਛੇ ਆ ਉਹਨਾਂ ਨੂੰ ਸਕਾਲਰਸ਼ਿਪ ਗੈਰੰਟੀਡ ਲੱਗਦੀ ਹੀ ਲੱਗਦੀ ਹੈ ਜੇ ਬੱਚੇ ਦਾ ਪ੍ਰੋਫਾਈਲ ਅੱਛਾ ਹੋਏ ਬਿਲਕੁਲ ਠੀਕ ਹੈ ਜੀ ਸੋ ਫਰਾਂਸ ਦੇ ਲਈ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਸਕਰੀਨ ਤੇ ਨੰਬਰ ਹੈ ਕੋਈ ਵੀ ਸਟੂਡੈਂਟ ਚਾਹੇ ਫਰੈਸ਼ 10+2 ਪਾਸ ਹੈ ਇਹਾਂ ਪੁਰਾਣਾ ਸਟੂਡੈਂਟ ਹੈ ਜਾਂ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਨੇ ਸਾਰਿਆਂ ਦੇ ਲਈ ਫਰਾਂਸ ਦੇ ਵਿੱਚ ਚੰਗੇ ਆਪਸ਼ਨਸ ਨੇ ਤੁਸੀਂ ਵਿਨਾ ਗੋਇਲ ਮੈਮ ਦੇ ਨਾਲ ਸਿੱਧੀ ਗੱਲ ਕਰਕੇ ਆਪਣਾ ਕੇਸ ਡਿਸਕਸ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਵਿਨਾ ਮੈਮ